ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ, ਜੋ ਕਿ ਪੰਜਾਬ ਦੇ ਵਿੱਚ 4560 ਵੈਕੈਂਸੀਜ਼ ਦੇ ਲਈ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਜਾਰੀ ਕਰ ਦਿੱਤਾ ਗਿਆ ਹੈ, ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ ਵਾਲਿਆਂ ਲਈ ਵੱਖ ਵੱਖ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ, ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਕਿੱਦਾਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ। ਅਤੇ ਨਾਲ ਦੇ ਨਾਲ ਸਾਡੀ ਵੈਬਸਾਈਟ ਜੋ ਕਿ ਮੀਤ ਅਕੈਡਮੀ .in ਹੈ ਜੀ, ਉਹਨੂੰ ਤੁਸੀਂ ਗੂਗਲ 'ਚ ਜਾ ਕੇ ਟਾਈਪ ਕਰੋਗੇ, ਉੱਥੋਂ ਤੁਹਾਨੂੰ ਸਾਰੇ ਜੋਬ ਰਿਲੇਟਿਡ ਅਪਡੇਟ ਜਿਹੜੇ ਨੇ ਉਹ ਮਿਲ ਜਾਣਗੇ, ਅਤੇ ਚੈੱਕ ਕਰਕੇ ਤੁਸੀਂ ਅਪਲਾਈ ਜਿਹੜਾ ਉਹ ਕਰ ਪਾਓਗੇ ਜੀ। ਬਾਕੀ ਮੈਂ ਸਾਰੇ ਨੋਟੀਫਿਕੇਸ਼ਨਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਉਣਾ ਹੀ ਹਾਂ, ਫਿਰ ਵੀ ਤੁਹਾਨੂੰ ਕੋਈ ਡਾਊਟ ਰਹਿ ਜਾਂਦਾ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ ਜੀ। ਇਸ ਦੇ ਵਿੱਚ ਆਲ ਇੰਡੀਆ ਜਿੰਨੇ ਵੀ ਏਅਰਪੋਰਟ ਨੇ ਇਨਕਲੂਡਿੰਗ ਚੰਡੀਗੜ੍ਹ ਏਅਰਪੋਰਟ ਦੇ ਵਿੱਚ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ, ਜਿਹੜੀਆਂ ਕਿ ਏਅਰ ਇੰਡੀਆ ਦੇ ਵੱਲੋਂ ਆਊਟ ਹੋਈਆਂ ਨੇ, ਜਿਹਦੇ ਲਈ ਤੁਸੀਂ ਔਨਲਾਈਨ ਹੀ ਅਪਲਾਈ ਕਰਨਾ ਹੋਵੇਗਾ। ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਿਆ ਹੈ। ਇਸ ਦੇ ਵਿੱਚ 24,960 ਤੁਹਾਡੀ ਜਿਹੜੀ ਸੈਲਰੀ ਹੈ ਇਸ ਦੇ ਵਿੱਚ ਉਹ ਰਹਿਣ ਵਾਲੀ ਹੈ ਜੀ। ਮੇਲ ਫੀਮੇਲ ਦੋਨੋਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਨੇ। ਟੋਟਲ 422 ਵੈਕੈਂਸੀਜ਼ ਇੱਥੇ ਆਊਟ ਹੋਈਆਂ ਨੇ। ਇਸ ਦੇ ਵਿੱਚ ਤੁਸੀਂ ₹500 ਐਜ਼ ਅ ਡਿਮਾਂਡ ਡਰਾਫਟ, ਮਤਲਬ DD ਬਣਾ ਕੇ ਜਿਹੜੀ ਹੈ ਜੀ ਐਪਲੀਕੇਸ਼ਨ ਫੀ ਪੇ ਕਰਨੀ ਹੋਵੇਗੀ। SC ST PWD ਬਿਲਕੁਲ ਨਿਲ ਹੈ, ਕੋਈ ਫੀ ਪੇ ਨਹੀਂ ਕਰਨੀ। ਇਸ ਦੇ ਵਿੱਚ ਹੈਂਡੀਮੈਨ ਅਤੇ ਹੈਂਡੀ ਵੂਮੈਨ ਦੀਆਂ ਵੈਕੈਂਸੀਜ਼ ਨੇ। ਟੋਟਲ 422 ਪੋਸਟਾਂ ਇਹ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਇਸ ਦੇ ਵਿੱਚ ਤੁਹਾਡੀ ਇਹ ਜਿਹੜੀ ਵੈਕੈਂਸੀ ਹੈ ਉਹਦੇ ਵਿੱਚ ਤੁਸੀਂ SSC 10th ਪਾਸ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਸਿਰਫ 10th ਪਾਸ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ, ਈਵਨ 12th ਗ੍ਰੈਜੂਏਸ਼ਨ ਵਾਲੇ ਵੀ ਅਪਲਾਈ ਕਰ ਪਾਣਗੇ, ਲੇਕਿਨ 10th ਬੇਸਿਸ 'ਤੇ। ਇਸ ਦੇ ਵਿੱਚ ਵੈਕੈਂਸੀਜ਼ ਦੇ ਲਈ ਆਲ ਇੰਡੀਆ ਕੈਂਡੀਡੇਟ ਅਪਲਾਈ ਕਰ ਪਾਣਗੇ। ਸਭ ਤੋਂ ਪਹਿਲਾਂ ਇਹਦੇ ਵਿੱਚ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਕਿੱਦਾਂ ਹੋਵੇਗਾ, ਕੈਂਡੀਡੇਟ ਜਿਹੜੇ ਆਨਲਾਈਨ ਐਪਲੀਕੇਸ਼ਨਸ ਭਰਨਗੇ ਉਹਨਾਂ ਦੀ ਸ਼ਾਰਟ ਲਿਸਟਿੰਗ ਹੋਵੇਗੀ, ਫਿਰ ਤੁਹਾਡੀ ਇੰਟਰਵਿਊ ਬੇਸਿਸ 'ਤੇ ਸਿਲੈਕਸ਼ਨ ਜਿਹੜੀ ਇਸ ਦੇ ਵਿੱਚ ਹੋਣੀ ਹੈ ਜੀ। ਇਸ ਦੇ ਵਿੱਚ ਤੁਹਾਡੇ ਸਾਰੇ ਡਾਕੂਮੈਂਟਸ ਜਿਹੜੇ ਤੁਹਾਡੇ ਕੁਆਲੀਫਿਕੇਸ਼ਨ ਦੇ ਨੇ, ਜਾਂ ਤੁਹਾਡੇ ਕਾਸਟ ਸਰਟੀਫਿਕੇਟ ਨੇ, ਜਾਂ ਤੁਹਾਡੇ ਕਿਸੇ ਤਰ੍ਹਾਂ ਦੇ ਕੋਈ ਸਰਟੀਫਿਕੇਟ ਜਿਹੜੇ ਨੇ ਰਿਕੁਆਇਰਡ ਨੇ, ਉਹ ਤੁਹਾਨੂੰ ਜਿਹੜੇ ਨੇ ਉਹ ਉੱਥੇ ਸਬਮਿਟ ਕਰਵਾਉਣੇ ਪੈਣਗੇ। ਵਾਈਲ ਡਾਕੂਮੈਂਟ ਵੈਰੀਫਿਕੇਸ਼ਨ ਤੁਹਾਨੂੰ ਓਰੀਜਨਲ ਵੀ ਦਿਖਾਉਣੇ ਪੈਣਗੇ। ਏਜ ਲਿਮਿਟ ਦੀ ਗੱਲ ਕਰਾਂ, ਮਿਨੀਮਮ 18, ਮੈਕਸੀਮਮ 28 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਇਸ ਦੇ ਵਿੱਚ 3 ਤੋਂ ਲੈ ਕੇ 10 ਸਾਲ ਦੀ ਏਜ ਰਿਲੈਕਸੇਸ਼ਨ ਹੈਗੀ ਹੈ, ਜੋ ਕਿ ਐਪਲੀਕੇਬਲ ਰਹੇਗੀ ਐਸ ਪਰ ਨੋਰਮਸ ਹੀ। ਇਸ ਦੇ ਵਿੱਚ ਤੁਸੀਂ ਜਿਹੜੇ ਜੀ ਆਨਲਾਈਨ ਅਪਲਾਈ ਕਰਨਾ ਹੈ ਉਹਦੇ ਲਈ ਲਿੰਕ ਤੁਹਾਨੂੰ ਜਿਹੜਾ ਜੀ ਇੱਥੇ ਜਿਹੜਾ ਉਹ ਤੁਹਾਨੂੰ ਮੈਂ ਦਿੱਤਾ ਹੋਇਆ, ਤੁਸੀਂ ਚੈੱਕ ਕਰ ਸਕਦੇ ਹੋ ਨੋਟੀਫਿਕੇਸ਼ਨ PDF ਦੇ ਨਾਲ ਨਾਲ ਅਪਲਾਈ ਕਰਨ ਦਾ, ਠੀਕ ਹੈ ਜੀ। ਇਸ ਤੋਂ ਇਲਾਵਾ ਹੋਰ ਵੀ ਵੈਕੈਂਸੀਜ਼ ਆਊਟ ਹੋਈਆਂ ਨੇ, ਉਹਨਾਂ ਦੀ ਗੱਲ ਕਰ ਲੈਂਦੇ ਹਾਂ ਜੀ। ਇਹ ਨੋਟੀਫਿਕੇਸ਼ਨ ਵੀ ਏਅਰਪੋਰਟ ਵੱਲੋਂ ਹੀ ਹੈ, ਜੋ ਕਿ BAS ਮਤਲਬ ਭਾਰਤੀ ਐਵੀਏਸ਼ਨ ਸਰਵਿਸਿਜ਼ ਵੱਲੋਂ। ਇਹਦੇ ਲਈ ਲਾਸਟ ਡੇਟ ਜਿਹੜੀ ਹੈ ਜੀ 30 ਜੂਨ ਜਿਹੜੀ ਇਸ ਦੇ ਵਿੱਚ ਉਹ ਰਹਿਣ ਵਾਲੀ ਹੈ। ਐਪਲੀਕੇਸ਼ਨ ਫੀ ਜਿਹੜੀ ਹੈ ਸਬਮਿਟ ਕਰਾਉਣ ਦੀ ਲਾਸਟ ਡੇਟ ਵੀ 30 ਜੂਨ ਹੈਗੀ ਹੈ ਜੀ। ਇਸ ਦੇ ਵਿੱਚ ਜਿਹੜਾ ਇਹ ਜਲਦ ਹੀ ਇਹ ਆਪਣਾ ਐਗਜ਼ਾਮੀਨੇਸ਼ਨ ਡੇਟ ਅਤੇ ਮੋਡ ਆਫ ਐਗਜ਼ਾਮੀਨੇਸ਼ਨ ਜਿਹੜਾ ਤੁਹਾਡਾ ਉਹ ਆਫਲਾਈਨ ਅਤੇ CBT ਰਹੇਗਾ। ਇਸ ਦੇ ਵਿੱਚ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ। ਇਸ ਦੇ ਵਿੱਚ ਤੁਹਾਡੀ ਰੁਪਏ 380 CSA ਦੇ ਲਈ, ਹਾਊਸਕੀਪਿੰਗ ਲੋਡਰ ਦੇ ਲਈ 340 ਪਲੱਸ GST ਜਿਹੜੀ ਐਪਲੀਕੇਸ਼ਨ ਫੀ ਹੈ ਉਹ ਇਹਦੇ ਵਿੱਚ ਰਹਿਣ ਵਾਲੀ ਹੈ ਜੀ। ਇਸ ਦੇ ਵਿੱਚ ਕਸਟਮਰ ਸਰਵਿਸ ਏਜੰਟ ਦੀਆਂ 2653 ਪੋਸਟਾਂ ਨੇ, ਹਾ ਲੋਡਰ ਅਤੇ ਹਾਊਸਕੀਪਿੰਗ ਦੀਆਂ 855 ਪੋਸਟਾਂ ਨੇ, ਜਿਸ ਦੇ ਵਿੱਚ 3308 ਵੈਕੈਂਸੀ ਜਿਹੜੀਆਂ ਨੇ ਟੋਟਲ ਆਊਟ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਕਸਟਮਰ ਸਰਵਿਸ ਏਜੰਟ ਦੇ ਲਈ +2 ਵਾਲੇ ਅਪਲਾਈ ਕਰ ਸਕਦੇ ਨੇ, ਲੋਡਰ ਹਾਊਸਕੀਪਿੰਗ ਦੇ ਲਈ 10th ਪਾਸ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਪਾਣਗੇ। ਆਲ ਇੰਡੀਆ ਕੈਂਡੀਡੇਟ ਇਹਦੇ ਲਈ ਅਪਲਾਈ ਕਰ ਸਕਦੇ ਨੇ। ਸਿਲੈਕਸ਼ਨ ਜਿਹੜੀ ਹੈ ਤੁਹਾਡੀ ਐਗਜ਼ਾਮ ਬੇਸਿਸ 'ਤੇ ਹੋਵੇਗੀ ਅਤੇ ਇੰਟਰਵਿਊ ਬੇਸਿਸ 'ਤੇ ਹੋਵੇਗੀ। ਸਿਲੇਬਸ ਜਿਹੜਾ ਜੀ ਇਹ ਤੁਸੀਂ ਦੇਖ ਸਕਦੇ ਹੋ, ਜਿਸ ਵਿੱਚ ਇੰਗਲਿਸ਼ ਤੁਹਾਡਾ ਪਾਰਟ ਏ ਰਹੇਗਾ, ਜਿਸ 'ਚ ਸਨੋਨੀਅਮ ਐਂਟੋਨੀਅਮ 1
ਵਨ ਵਰਡ ਸਬਸਟੀਟਿਊਸ਼ਨ, ਵਕੈਬਲਰੀ, ਗਰਾਮਰ, ਸਕਿੱਲ, ਸਪੋਟਿੰਗ ਐਰਰ, ਸੈਂਟੈਂਸਿਸ, ਠੀਕ ਹੈ ਜੀ। ਔਰ ਇਸ ਦੇ ਵਿੱਚ ਬਾਕੀ ਵੀ ਤੁਹਾਡਾ ਪੂਰਾ ਲਿਖਿਆ ਹੋਇਆ, ਤੁਸੀਂ ਚੈੱਕ ਕਰ ਸਕਦੇ ਹੋ। 40 ਮਾਰਕਸ ਦਾ ਇਹ ਜਿਹੜਾ ਤੁਹਾਡਾ ਇਸ ਦੇ ਵਿੱਚ ਰਹਿਣ ਵਾਲਾ ਹੈ ਜੀ ਇੰਗਲਿਸ਼ ਪਾਰਟ। ਪਾਰਟ ਬੀ ਦੀ ਗੱਲ ਕਰਾਂ ਤਾਂ ਕਰੰਟ ਅਫੇਅਰ ਆ ਜਾਣਗੇ 10 ਮਾਰਕਸ ਦੇ, ਸਰਵਿਸ ਐਂਡ ਐਵੀਏਸ਼ਨ ਨੌਲੇਜ ਤੁਹਾਡੀ 10 ਮਾਰਕਸ ਦੀ, ਸੋਸ਼ਲ ਸਟੱਡੀ, ਹਿਸਟਰੀ, ਪੋਲੀਟੀਕਲ, ਜਿਓਗ੍ਰਾਫੀ 10 ਮਾਰਕਸ ਦੀ, ਮੈਥਾਮੈਟਿਕਸ 15 ਮਾਰਕਸ ਦਾ, ਰੀਜਨਿੰਗ ਤੁਹਾਡੀ 15 ਮਾਰਕਸ ਦੀ ਇੱਥੇ ਰਹੇਗੀ ਜੀ। ਇਹਦੇ ਵਿੱਚ ਤੁਹਾਡੇ ਜਿਹੜੇ ਡਾਕੂਮੈਂਟ ਵੈਰੀਫਿਕੇਸ਼ਨ ਹੈ ਜੀ, ਉਹ ਤੁਹਾਡੇ ਡਾਕੂਮੈਂਟ ਰਿਕੁਆਇਰਡ ਹੋਣਗੇ ਜਿਹੜੇ ਤੁਹਾਡੇ ਐਪਲੀਕੇਬਲ ਨੇ। ਏਜ ਲਿਮਿਟ 18 ਤੋਂ ਲੈ ਕੇ 28 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। 3 ਤੋਂ ਲੈ ਕੇ 5 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਜਿਹੜੀ ਹੈ ਜੀ ਇੱਥੇ ਦਿੱਤੀ ਹੀ ਜਾਵੇਗੀ। ਔਰ ਇਸ ਦੇ ਵਿੱਚ ਤੁਸੀਂ ਜਿਹੜੇ ਜੀ ਭਾਰਤੀ ਐਵੀਏਸ਼ਨ ਦੇ ਲਈ ਅਪਲਾਈ ਕਰਨ ਦੇ ਲਈ, ਇਹ ਪੂਰਾ ਸਟੈਪ ਬਾਏ ਸਟੈਪ ਇਹਨਾਂ ਨੇ ਲਿਖਿਆ ਹੋਇਆ, ਪੜ੍ਹ ਕੇ ਤੁਸੀਂ ਕਰਨਾ ਹੈ। ਸਿੰਪਲ ਜੀ ਇੱਕ ਈਮੇਲ ਆਈ ਡੀ ਅਤੇ ਮੋਬਾਈਲ ਨੰਬਰ ਵਰਕਿੰਗ ਕੰਡੀਸ਼ਨ 'ਚ ਰੱਖਿਓ, ਤਾਂ ਹੀ ਤੁਸੀਂ ਅਪਲਾਈ ਕਰ ਪਾਓਗੇ। ਔਰ ਉਹੀ ਰੱਖਿਓ ਜਿਹੜਾ ਤੁਹਾਡਾ ਕਿਸੇ ਬੈਂਕ ਨਾਲ ਰਜਿਸਟਰਡ ਨਹੀਂ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਲਿੰਕ ਇੱਥੇ ਮਿਲ ਜਾਣਗੇ, ਅਪਲਾਈ ਕਰਨ ਦੇ ਅਲੱਗ ਅਲੱਗ ਲਿੰਕ ਨੇ ਅਤੇ ਨੋਟੀਫਿਕੇਸ਼ਨ ਦਾ ਇੱਕ ਹੀ ਲਿੰਕ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਦੋਨਾਂ ਦੇ ਲਈ ਲਿੰਕ, ਸਾਰੇ ਲਿੰਕ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਦੇ ਦੇਵਾਂਗਾ, ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਜਿਹਨਾਂ ਨੂੰ ਨਹੀਂ ਪਤਾ ਭਾਰਤੀ ਐਵੀਏਸ਼ਨ ਬਾਰੇ, ਉਹਦੇ ਵਿੱਚ ਮੈਂ ਪੂਰੀ ਡਿਟੇਲ ਇੱਥੇ ਲਿਖੀ ਹੋਈ ਹੈ ਜੀ, ਤੁਸੀਂ ਪੜ੍ਹ ਵੀ ਸਕਦੇ ਹੋ। ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਇਹ ਏਅਰਪੋਰਟ ਦੇ ਵੱਲੋਂ ਕੱਢੀਆਂ ਗਈਆਂ ਵੈਕੈਂਸੀਸ ਨੇ, ਜਿਹਦੇ ਲਈ ਪੰਜਾਬ ਦਾ ਸੈਂਟਰ ਪੰਜਾਬ 'ਚ ਹੀ ਬਣੇਗਾ, ਚੰਡੀਗੜ੍ਹ ਦੇ ਵਿੱਚ, ਠੀਕ ਹੈ ਜੀ। ਸੋ ਬਾਕੀ ਸਾਰੀ ਡਿਟੇਲ ਲਿੰਕ ਡਿਸਕ੍ਰਿਪਸ਼ਨ 'ਚ ਨੇ, ਚੈੱਕ ਕਰ ਲਿਓ। ਫਿਰ ਵੀ ਡਾਊਟ ਹੋਏ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਇਹ ਅੱਜ ਦਾ ਨੋਟੀਫਿਕੇਸ਼ਨ ਸੀਗਾ, ਮਿਲੂੰਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।